ਸੀ ਟੈਕ ਕਹਿੰਦਾ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਆਪਾਂ ਆ ਗਏ ਆ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ਾਦੀਪੁਰ ਚ ਪਿੰਡ ਦੀਆਂ ਤੁਹਾਡੇ ਲਈ ਜਾਣਕਾਰੀਆਂ ਇਕੱਠੀਆਂ ਕਰਨ ਵਾਸਤੇ ਪਰ ਇੱਕ ਗੱਲ ਮੈਂ ਤੁਹਾਨੂੰ ਸ਼ੁਰੂ ਜੀ ਦੱਸ ਦਿੰਨਾ ਕਿ ਸਾਰੇ ਪਿੰਡ ਦੀਆਂ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ 'ਚ ਨਹੀਂ ਹਨ ਕਿਉਂਕਿ ਸ਼ਾਦੀਪੁਰ ਪਿੰਡ ਨੂੰ ਆਪਾਂ ਦੋ ਭਾਗਾਂ 'ਚ ਦਿਖਾਵਾਂਗੇ ਯਾਨੀ ਅੱਜ ਦਾ ਪ੍ਰੋਗਰਾਮ ਸ਼ਾਦੀਪੁਰ ਪਿੰਡ ਦਾ ਪਹਿਲਾ ਭਾਗ ਆ ਤੇ ਕੱਲ ਨੂੰ 4 ਵਜੇ ਆਊਗਾ ਦੂਜਾ ਭਾਗ ਤੁਸੀਂ ਦੋਨੋਂ ਭਾਗ ਚੰਗੀ ਤਰ੍ਹਾਂ ਦੇਖ ਲਿਓ ਜੇ ਤੁਹਾਨੂੰ ਪਿੰਡ ਦੀ ਕੋਈ ਸਾਂਝੀ ਥਾਂ ਇਹਨਾਂ ਦੋਹਾਂ ਭਾਗਾਂ 'ਚ ਨਾ ਆndi ਸੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਫਿਰ ਸਕਦੀਪ ਸਿੰਘ ਮੋਨੂ ਲਿਹਾ ਵਾਲੇ ਨੂੰ ਆਹ ਫੋਨ ਤੇ ਗੱਲ ਕਰਕੇ ਉਹ ਜਾਣਕਾਰੀ ਦੇ ਦਿਓ ਤੇ ਜੇ ਤੁਸੀਂ ਪਾਕਿਸਤਾਨ ਚ ਰਹਿੰਦੇ ਹੋ ਤੇ ਤੁਹਾਡੇ ਕੋਲ ਸ਼ਾਦੀਪੁਰ ਪਿੰਡ ਦੀ ਕੋਈ ਜਾਣਕਾਰੀ ਆ ਤਾਂ ਤੁਸੀਂ ਪਾਕਿਸਤਾਨ ਚ ਪੀਰ ਅਬਦੁੱਲ ਸ਼ਾਹ ਜੀ ਨੂੰ ਇਸ ਫੋਨ ਨੰਬਰ ਤੇ ਗੱਲ ਕਰਕੇ ਜਾਣਕਾਰੀ ਦੇ ਸਕਦੇ ਹੋ ਫਿਰ ਆਪਾਂ ਉਹ ਸਾਰੀਆਂ ਜਾਣਕਾਰੀਆਂ ਅਗਲੇ ਸ਼ੁੱਕਰਵਾਰ ਨੂੰ ਪਿੰਡ ਸ਼ਾਦੀਪੁਰ ਦੇ ਭਾਗ 3 ਚ ਜ਼ਰੂਰ ਸ਼ਾਮਲ ਕਰਾਂਗੇ ਚਲੋ ਫਿਰ ਹੁਣ ਆਪਾਂ ਸ਼ੁਰੂ ਕਰ ਦਿੰਦੇ ਹਾਂ ਸ਼ਾਦੀਪੁਰ ਪਿੰਡ ਦਾ ਭਾਗ ਪਹਿਲਾ ਦੋਸਤੋ ਸ਼ਾਦੀਪੁਰ ਪਿੰਡ ਨੂੰ ਤਹਿਸੀਲ ਲੱਗਦੀ ਆ ਫਲੌਰ ਤੇ ਜ਼ਿਲ੍ਹਾ ਲੱਗਦਾ ਜਲੰਧਰ ਜਾਣੀ ਇਹ ਪੰਜਾਬ ਦੇ ਦੁਆਬੇ ਇਲਾਕੇ ਦਾ ਪਿੰਡ ਆ ਤੇ ਪਿੰਡ ਦਾ ਡਾਕਖਾਨਾ ਹੈ ਖਾਸ ਜਾਣੀ ਡਾਕਖਾਨਾ ਆਹ ਪਿੰਡ ਦੇ ਵਿੱਚ ਹੀ ਆ ਤੇ ਸ਼ਾਦੀਪੁਰ ਪਿੰਡ ਨੂੰ ਮੈਂਬਰ ਪਾਰਲੀਮੈਂਟ ਹਲਕਾ ਲੱਗਦਾ ਜਲੰਧਰ ਦਾ ਤੇ ਇੱਥੋਂ ਦੇ ਹੁਣ ਮੈਂਬਰ ਪਾਰਲੀਮੈਂਟ ਨੇ ਸਰਦਾਰ ਚੰਨਜੀਤ ਸਿੰਘ ਚੰਨੀ ਜੀ ਜੋ ਕਾਂਗਰਸ ਪਾਰਟੀ ਦੇ ਨੇ ਤੇ ਇਸ ਪਿੰਡ ਨੂੰ ਵਿਧਾਨ ਸਭਾ ਦਾ ਹਲਕਾ ਲੱਗਦਾ ਨਕੋਦਰ ਤੇ ਇੱਥੋਂ ਦੇ ਵਿਧਾਇਕ ਨੇ ਬੀਬੀ ਇੰਦਰਜੀਤ ਕੋਰ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਨੇ ਤੇ ਦੋਸਤੋ ਜਦੋਂ ਅਸੀਂ ਸਨ 2024 ਦੇ ਜੁਲਾਈ ਮਹੀਨੇ 'ਚ ਡਾਕੂਮੈਂਟਰੀ ਬਣਾਈ ਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਨੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਜੋ ਭਾਰਤੀ ਜਨਤਾ ਪਾਰਟੀ ਦੇ ਨੇ ਦੋਸਤੋ ਸ਼ਾਦੀਪੁਰ ਪਿੰਡ ਦੇ ਨੇੜੇ-ਤੇੜੇ ਦੇ ਪਿੰਡ ਨੇ ਤਲਵਣ, ਸ਼ੇਰਪੁਰ, ਉਮਰਪੁਰ, ਉਪਲਪੂਪਾ, ਕੰਦੋਲਾ ਕਲਾਂ ਗਮਟਾਲਾ ਕੋਟ ਬਾਦਲ ਖਾਨ ਤੇ ਫਤਿਹਪੁਰ ਤੇ ਦੋਸਤੋ ਇਸ ਪਿੰਡ ਚ ਆਉਣ ਲਈ ਤੁਸੀਂ ਜਲੰਧਰ ਤੋਂ ਨਕੋਦਰ ਨਕੋਦਰ ਤੋਂ ਨੂਰਮਹਿਲ ਕਸਬੇ ਦੇ ਵਿੱਚ ਦੀ ਹੋ ਕੇ ਆ ਸਕਦੇ ਹੋ ਨੂਰਮਹਿਲ ਤੋਂ ਸਿੱਧੀ ਸੜਕ ਵੀ ਪਿੰਡ ਸ਼ਾਦੀਪੁਰ ਨੂੰ ਆਉਂਦੀ ਆ ਤੇ ਇੱਕ ਨੂਰਮਹਿਲ ਤੋਂ ਸੜਕ ਪਿੰਡ ਦੇ ਕੋਲ ਦੀ ਹੋ ਕੇ ਅੱਗੇ ਤਲਵਣ ਪਿੰਡ ਨੂੰ ਚਲੀ ਜਾਂਦੀ ਆ ਤੇ ਜੇ ਤੁਸੀਂ ਲੁਧਿਆਣੇ ਵਾਲੇ ਪਾਸਿਓਂ ਇਸ ਪਿੰਡ ਨੂੰ ਆਉਣਾ ਫਿਰ ਤੁਸੀਂ ਫਲੋਰ ਤੋਂ ਮਿਲਗੇ ਵਾਲੀ ਸੜਕ ਨੂੰ ਮੁੜ ਜਿਓ ਤੇ ਮਿਲਗੇ ਤੋਂ ਪਿੰਡਾਂ ਦੇ ਵਿੱਚ ਦੀ ਹੋ ਕੇ ਤੁਸੀਂ ਸ਼ਾਦੀਪੁਰ ਪਿੰਡ 'ਚ ਪਹੁੰਚ ਸਕਦੇ ਹੋ ਜੇ ਤੁਸੀਂ ਬੱਸਾਂ ਰਾਹੀਂ ਇਸ ਪਿੰਡ 'ਚ ਆਉਣਾ ਫਿਰ ਤੁਸੀਂ ਨੂਰਮਹਿਲ ਤੋਂ ਜਿਹੜੀਆਂ ਬੱਸਾਂ ਫਲੋਰ ਔਰ ਨੂੰ ਚਲਦੀਆਂ ਉਹ ਬਸ ਫੜ ਲਿਓ ਉਹ ਬਸ ਤੁਹਾਨੂੰ ਸ਼ਾਦੀਪੁਰ ਪਿੰਡ ਦੇ ਇਸ ਬੱਸਟੇ ਤੇ ਉਤਾਰ ਦਊਗੀ ਤੇ ਆਹ ਸੜਕ ਸਿੱਧੀ ਸ਼ਾਦੀਪੁਰ ਪਿੰਡ ਨੂੰ ਹੀ ਜਾਂਦੀ ਆ ਇਸ ਬੱਸਟੇ ਤੋਂ ਮਸਾਂ ਕਿਲੋਮੀਟਰ ਦੀ ਦੂਰੀ ਤੇ ਹੀ ਪਿੰਡ ਸ਼ਾਦੀਪੋਰਾ ਤੇ ਇਹ ਵਾਰਡ ਤੁਹਾਨੂੰ ਤੁਰ ਕੇ ਜਾਂ ਫਿਰ ਕਿਸੇ ਸਕੂਟਰ ਮੋਟਰਸਾਈਕਲ ਵਾਲੇ ਨੂੰ ਜਾਂ ਟਰੈਕਟਰ ਟਰਾਲੀ ਵਾਲੇ ਨੂੰ ਹੱਥ ਦੇ ਕੇ ਹੀ ਪੂਰੀ ਕਰਨੀ ਪੈਣੀ ਆ ਤੇ ਜੇ ਤੁਸੀਂ ਤੁਰਨਾ ਜਾਂ ਹੱਥ ਦੇਣਾ ਨਹੀਂ ਚਾਹੁੰਦੇ ਫਿਰ ਨੂਰ ਮਹਿਲ ਤੋਂ ਟੈਂਪੂ ਵੀ ਚੱਲਦੇ ਆ ਜੋ ਕੰਦੋਲਾ ਕਲਾ ਪਿੰਡ ਦੇ ਵਿੱਚ ਦੀ ਹੋ ਕੇ ਤੁਹਾਨੂੰ ਸ਼ਾਦੀਪੁਰ ਅੰਦੇ ਇਸ ਬਸ ਅੱਡੇ ਤੇ ਉਤਾਰ ਦੇਣਗੇ ਇਹ ਬਸ ਅੱਡਾ ਜਮਾ ਹੀ ਪਿੰਡ ਦੇ ਵਿੱਚ ਆ ਤੇ ਇਥੋਂ ਟੈਂਪੂ ਅੱਗੇ ਸ਼ੇਰਪੁਰ ਤੇ ਰਾਮੇਵਾਲ ਪਿੰਡਾਂ ਦੇ ਵਿੱਚ ਦੀ ਹੋ ਕੇ ਝੁੱਗੀਆਂ ਪਿੰਡ ਤੱਕ ਜਾਂਦੇ ਨੇ ਚਲੋ ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਸ਼ਾਦੀਪੁਰ ਪਿੰਡ ਹੈਗਾ ਕਿੱਥੇ ਆ ਤੇ ਇੱਥੇ ਪਹੁੰਚਿਆ ਕਿਵੇਂ ਜਾ ਸਕਦਾ ਚਲੋ ਫਿਰ ਹੁਣ ਆਪਾਂ ਤੁਹਾਨੂੰ ਪਿੰਡ ਦੀ ਹੋਰ ਜਾਣਕਾਰੀ ਦੇ ਦਿੰਨੇ ਆ ਦੋਸਤੋ ਸ਼ਾਦੀਪੁਰ ਪਿੰਡ ਕੋਈ ਬਹੁਤਾ ਵੱਡਾ ਪਿੰਡ ਨਹੀਂ ਕਿਉਂਕਿ ਇਥੋਂ ਦੀ ਵੋਟ ਕੋਈ 1.5 600 ਦੇ ਲਾਗੇ ਛੱਗ ਗਈ ਆ ਪਰ ਪਿੰਡ ਸੋਹਣਾ ਬਹੁਤ ਆ ਪਿੰਡ ਦੀਆਂ ਸਾਰੀਆਂ ਹੀ ਸੜਕਾਂ ਪੱਕੀਆਂ ਨੇ ਪਿੰਡ ਦੀਆਂ ਸਾਰੀਆਂ ਬੀਹਾਂ ਇੰਟਰਲੌਕ ਲਾ ਕੇ ਪੱਕੀਆਂ ਕੀਤੀਆਂ ਹੋਈਆਂ ਨਾਲੀਆਂ ਵਾਲਾ ਜੱਭੀ ਨਿਮੇੜਿਆ ਹੋਇਆ ਯਾਨੀ ਪਿੰਡ ਸਿਵਰੇਜ ਪਾਇਆ ਹੋਇਆ ਬਾਕੀ ਤੁਸੀਂ ਜਦੋਂ ਸਾਰੇ ਪਿੰਡ ਦੀ ਡਾਕੂਮੈਂਟਰੀ ਦੇਖੋਗੇ ਤਾਂ ਤੁਹਾਨੂੰ ਮਹਿਸੂਸ ਹੋਊਗਾ ਕਿ ਇਸ ਪਿੰਡ 'ਚ ਬਹੁਤ ਦਰਖਤ ਲਾਏ ਹੋਏ ਨੇ ਯਾਨੀ ਕੁੱਲ ਮਿਲਾ ਕੇ ਸਾਫ਼ ਸੁਥਰਾ ਹਰਿਆ ਭਰਿਆ ਪਿੰਡਾ ਸ਼ਾਦੀਪੁਰ ਬਾਕੀ ਤੁਸੀਂ ਪਿੰਡ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਦੇਖ ਕੇ ਹਿਸਾਬ ਲਾ ਹੀ ਲਿਆ ਹੋਣਾ ਕਿ ਇਸ ਪਿੰਡ ਦੇ ਬਹੁਤ ਲੋਕ ਵਿਦੇਸ਼ਾਂ 'ਚ ਸਖਤ ਮਿਹਨਤ ਕਰਕੇ ਆਪਦੀ ਤੇ ਆਪਦੇ ਪਿੰਡ ਦੀ ਦਿਸ਼ਾ ਤੇ ਦਸ਼ਾ ਬਦਲ ਰਹੇ ਨੇ ਪਰ ਫੇਰ ਵੀ ਵਿਦੇਸ਼ ਰਹਿੰਦੇ ਸੱਜਣ ਆਪਦੇ ਵੱਲੋਂ ਪਿੰਡ ਦੇ ਕੰਮਾਂ ਨੂੰ ਜਿੰਨਾ ਮਰਜ਼ੀ ਪੈਸਾ ਭੇਜ ਦੇਣ ਪਰ ਉਹ ਪੈਸਾ ਉਹਨਾਂ ਚਿਰ ਸਹੀ ਟਿਕਾਣੇ ਤੇ ਲੱਗਦਾ ਨਹੀਂ ਜਿੰਨਾ ਚਿਰ ਪਿੰਡ ਦਾ ਸਰਪੰਚ ਤੇ ਪਿੰਡ ਦੀ ਪੰਚਾਇਤ ਸਿਆਣੀ ਤੇ ਇਮਾਨਦਾਰ ਨਾ ਹੋਵੇ ਤੇ ਸ਼ਾਦੀਪੁਰ ਪਿੰਡ ਨੂੰ ਪਹਿਲੀ ਨਜ਼ਰ ਨਾਲ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਕਿ ਇਸ ਪਿੰਡ ਦੀਆਂ ਸਾਰੀਆਂ ਹੀ ਪੁਰਾਣੀਆਂ ਪੰਚਾਇਤਾਂ ਨੇ ਐਨਆਰਆਈ ਵੀਰਾਂ ਵੱਲੋਂ ਭੇਜੇ ਹੋਏ ਪੈਸੇ ਦਾ ਸਹੀ ਇਸਤੇਮਾਲ ਕੀਤਾ ਇਹਦੇ ਲਈ ਅਸੀਂ ਪਿੰਡ ਦੀਆਂ ਹੁਣ ਤੱਕ ਦੀਆਂ ਸਾਰੀਆਂ ਹੀ ਪੰਚਾਇਤਾਂ ਦੀ ਸ਼ਲਾਘਾ ਕਰਦੇ ਹਾਂ ਤੇ ਆਹ ਜਿਹੜੀ ਪੰਚਾਇਤ ਨੇ ਆਪ ਦਾ ਸਮਾਂ ਕੁਝ ਸਮਾਂ ਪਹਿਲਾਂ ਹੀ ਪੂਰਾ ਕੀਤਾ ਉਹਦੇ ਸਰਪੰਚ ਬੀਬੀ ਸੁਖਵਿੰਦਰ ਕੌਰ ਜੀ ਦੇ ਘਰ ਜਾਣ ਦਾ ਵੀ ਸਾਨੂੰ ਮੌਕਾ ਮਿਲਿਆ ਆਹੀ ਆ ਪਿੰਡ ਦੀ ਸਰਪੰਚ ਬੀਬੀ ਸੁਖਵਿੰਦਰ ਕੌਰ ਜੀ ਦਾ ਘਰ ਇਹਨਾਂ ਦੇ ਪਤੀ ਦਾ ਨਾਮ ਹੈ ਸਰਦਾਰ ਰਣਜੀਤ ਸਿੰਘ ਰਾਣਾ ਉਹ ਵਿਚਾਰੇ ਕਮਾਈਆਂ ਕਰਨ ਇੰਗਲੈਂਡ ਚ ਗਏ ਹੋਏ ਨੇ ਪਰ ਬੀਬੀ ਸੁਖਵਿੰਦਰ ਕੌਰ ਜੀ ਨੇ ਸਾਡਾ ਬਹੁਤ ਮਾਨ ਸਤਿਕਾਰ ਕੀਤਾ ਪਿੰਡ ਦੀਆਂ ਜਾਣਕਾਰੀਆਂ ਦਿੱਤੀਆਂ ਤੇ ਵਿਚਾਰੇ ਬਹੁਤ ਹੀ ਨਿਮਰਤਾ ਨਾਲ ਕਹਿੰਦੇ ਜੀ ਕੱਲਾ ਸਰਪੰਚ ਵੀ ਕੁਝ ਨਹੀਂ ਕਰ ਸਕਦਾ ਮੇਰੇ ਨਾਲ ਸਾਡੇ ਪਿੰਡ ਦੇ ਐਨ ਆਰ ਆਈ ਪਰਿਵਾਰਾਂ ਨੇ ਸਾਡੇ ਪੂਰੇ ਨਗਰ ਨਿਵਾਸੀਆਂ ਨੇ ਤੇ ਸਾਡੀ ਪੰਚਾਇਤ ਨੇ ਵੀ ਬਹੁਤ ਜੋਗ ਦਿੱਤਾ ਤੇ ਮੇਰੇ ਨਾਲ ਪੰਚਾਇਤ ਮੈਂਬਰ ਨੇ ਸ੍ਰੀ ਗਰਮੀਤ RAM ਜੀ ਬੀਬੀ ਨੀਲਮ ਜੀ ਬੀਬੀ ਰਾਜਵਿੰਦਰ ਕੌਰ ਜੀ ਤੇ ਸਰਦਾਰ ਰਣਜੀਤ ਸਿੰਘ ਜੀ ਪਿੰਡ ਦੀ ਸਰਪੰਚ ਬੀਬੀ ਸੁਖਵਿੰਦਰ ਕੌਰ ਜੀ ਦੀਆਂ ਗੱਲਾਂ ਸੁਣ ਕੇ ਤੇ ਉਹਨਾਂ ਦਾ ਪਿੰਡ ਲਈ ਫਿਕਰ ਦੇਖ ਕੇ ਆਉ ਲੱਗਿਆ ਕਿ ਪੂਰਾ ਪਿੰਡ ਤਾਂ ਕਿਸਮਤ ਵਾਲਾ ਹੈਗਾ ਹੀ ਆ ਜਿਨ੍ਹਾਂ ਨੂੰ ਇੰਨੀ ਸਿਆਣੀ ਸਰਪੰਚ ਮਿਲੀ ਆ ਸਗੋਂ ਇਹਨਾਂ ਦੇ ਪਤੀ ਸਰਦਾਰ ਰਣਜੀਤ ਸਿੰਘ ਰਾਣਾ ਵੀ ਕਿਸਮਤ ਵਾਲੇ ਨੇ ਉਹ ਤਾਂ ਇਹਨਾਂ ਨੂੰ ਕੱਲਾ ਆਪ ਦਾ ਘਰ ਸੰਭਾਲਣ ਨੂੰ ਛੱਡ ਕੇ ਇੰਗਲੈਂਡ ਗਏ ਸੀ ਪਰ ਇਸ ਮਾਂ ਦੀ ਸੱਚਜੀਤੀ ਨੇ ਤਾਂ ਘਰ ਦੇ ਨਾਲ-ਨਾਲ ਪੂਰਾ ਪਿੰਡ ਵੀ ਚੰਗੀ ਤਰ੍ਹਾਂ ਲਿਆ ਜਿਉਂਦੇ ਰਹੋ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਦੋਸਤੋ ਪਿੰਡ ਸ਼ਾਦੀਪੁਰ ਦੀਆਂ ਦੋ ਪੱਤੀਆਂ ਨੇ ਇੱਕ ਪੱਤੀ ਦਾ ਨਾਂ ਹੈ ਹਿਮਾਪਤੀ ਤੇ ਦੂਜੀ ਪੱਤੀ ਦਾ ਨਾਂ ਹੈ ਤਲੋਕਾਪਤੀ ਤੇ ਪਿੰਡ ਦਾ ਕੁੱਲ ਰਕਬਾ ਹੈਗਾ 256 ਏਕੜ ਦਾ ਤੇ ਪਿੰਡ ਦੇ ਚੌਂਕੀਦਾਰ ਸਾਹਿਬ ਨੇ ਸ਼੍ਰੀ ਮੰਗਤਰਾਮ ਜੀ ਤੇ ਪਿੰਡ ਦੇ ਨੰਬਰਦਾਰ ਸਹਿਬਾਨ ਨੇ ਚਾਰ ਪਰ ਸਾਨੂੰ ਤਿੰਨਾਂ ਦੇ ਨਾਵਾਂ ਦਾ ਪਤਾ ਲੱਗ ਸਕਿਆ ਇੱਕ ਨੰਬਰਦਾਰ ਸਾਹਿਬ ਨੇ ਸਰਦਾਰ ਕਲਵੀਰ ਸਿੰਘ ਜੀ ਦੂਜੇ ਨੇ ਸਰਦਾਰ ਬਹਾਦਰ ਸਿੰਘ ਜੀ ਤੇ ਤੀਜੇ ਨੇ ਸਰਦਾਰ ਸ਼ੰਗਾਰਾ ਸਿੰਘ ਜੀ ਪਰ ਇਹਨਾਂ ਤੋਂ ਪਹਿਲਾਂ ਪਿੰਡ ਦੇ ਲੰਮੇ ਸਮੇਂ ਤੱਕ ਨੰਬਰਦਾਰ ਰਹੇ ਨੇ ਸਵਰਗਵਾਸੀ ਸਰਦਾਰ ਜਗਤ ਸਿੰਘ ਜਗਤ ਜੀ ਤੇ ਸਵਰਗਵਾਸੀ ਸਰਦਾਰ ਹਰਪ੍ਰਜਨ ਸਿੰਘ ਜੀ ਤੇ ਜੇ ਕਿਸੇ ਨੂੰ ਪਿੰਡ ਦੇ ਚੌਥੇ ਨੰਬਰਦਾਰ ਸਾਹਿਬ ਦੇ ਨਾਮ ਦੀ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕਮੈਂਟ ਜ਼ਰੂਰ ਕਰਕੇ ਦੱਸ ਦਿਓ ਦੋਸਤੋ ਨੰਬਰਦਾਰ ਸਵਰਗਵਾਸੀ ਸਰਦਾਰ ਜਗਤ ਸਿੰਘ ਜਗਤਜੀ ਪੰਜਾਬ ਦੇ ਬਹੁਤ ਵੱਡੇ ਲਖਾਰੀ ਰਹੇ ਨੇ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਕਈ ਬੇਅਸਕੀਮਤੀ ਕਿਤਾਬਾਂ ਦੀ ਸ਼ਕਲ 'ਚ ਸਗਾਤਾਂ ਦਿੱਤੀਆਂ ਨੇ ਜਿਨ੍ਹਾਂ 'ਚੋਂ ਪ੍ਰਮੁੱਖ ਨੇ ਗੁਰਬਾਣੀ ਉਪਦੇਸ਼ ਪੰਜਾਬੀ ਗੀਤ ਕਚਹਿਰੀ ਰੂਪ ਤੇ ਰੇਖਾ ਭਗਤ ਕਾਉਂਸਲ 10 ਵਸਤੂ ਵਿਚਾਰ ਜਗਤ ਬਹਾਰਾ ਵਰਗੀਆਂ ਅਨੇਕਾਂ ਪੁਸਤਕਾਂ ਲਿਖੀਆਂ ਤੇ ਮਹਾਨ ਲਿਖਾਰੀ ਸਰਦਾਰ ਜਗਤ ਸਿੰਘ ਜਗਤਜੀ ਨੂੰ ਬਹੁਤ ਇਨਾਮ ਤੇ ਸਨਮਾਨ ਵੀ ਮਿਲੇ ਤੇ ਜਦੋਂ ਸਾਨੂੰ ਸ਼ਾਦੀਪੁਰ ਪਿੰਡ ਦੇ ਏਡੇ ਵੱਡੇ ਲਿਖਾਰੀ ਜੀ ਦੀ ਜਾਣਕਾਰੀ ਮਿਲੀ ਤਾਂ ਅਸੀਂ ਸੋਚਿਆ ਜੇ ਪਿੰਡ ਦੇ ਪਿਛੋਕੜ ਦੀ ਜਾਣਕਾਰੀ ਮਿਲੂ ਤਾਂ ਨੰਬਰਦਾਰ ਜਗਤ ਸਿੰਘ ਜਗਤਜੀ ਦੇ ਘਰੋਂ ਹੀ ਮਿਲੂ ਤੇ ਸੱਚ ਮੰਨਿਓ ਉਹਨਾਂ ਦੇ ਪਰਿਵਾਰ ਨੇ ਸਾਨੂੰ ਜਮ੍ਹਾਂ ਹੀ ਨਰਾਸ਼ ਨਹੀਂ ਕੀਤਾ ਜਦੋਂ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪੁੱਤਰ ਸਰਦਾਰ ਹਿੰਮਤ ਸਿੰਘ ਜੀ ਨੂੰ ਮਿਲੇ ਉਹਨਾਂ ਨੇ ਸਾਡਾ ਸਵਾਗਤ ਵੀ ਕੀਤਾ ਤੇ ਸਾਨੂੰ ਕੀਮਤੀ ਜਾਣਕਾਰੀਆਂ ਵੀ ਦਿੱਤੀਆਂ ਤੇ ਸਰਦਾਰ ਹਿੰਮਤ ਸਿੰਘ ਜੀ ਕਹਿੰਦੇ ਜੇ ਹੋਰ ਬਹੁਤੀਆਂ ਜਾਣਕਾਰੀਆਂ ਚਾਹੀਦੀਆਂ ਤਾਂ ਤੁਸੀਂ ਮੇਰੇ ਛੋਟੇ ਭਰਾ ਸਰਦਾਰ ਅਜੈਬ ਸਿੰਘ ਗਰਚਾ ਜੀ ਨੂੰ ਫੋਨ ਕਰ ਲਓ ਉਹ ਇੰਗਲੈਂਡ 'ਚ ਰਹਿੰਦੇ ਆ ਤੇ ਸਾਡੇ ਪਿਤਾ ਜੀ ਦੀਆਂ ਕਈ ਹੱਥ ਲਿਖਤਾਂ ਉਹਨਾਂ ਦੇ ਕੋਲ ਇੰਗਲੈਂਡ 'ਚ ਪਈਆਂ ਨੇ ਫਿਰ ਅਸੀਂ ਸਰਦਾਰ ਅਜੈਬ ਸਿੰਘ ਗਰਚਾ ਜੀ ਨਾਲ ਵੀ ਫੋਨ ਗੱਲਬਾਤ ਕੀਤੀ ਉਹਨਾਂ ਨੇ ਵੀ ਬਹੁਤ ਚਾਅ ਨਾਲ ਸਾਨੂੰ ਪਿੰਡ ਦੀਆਂ ਜਾਣਕਾਰੀਆਂ ਦਿੱਤੀਆਂ ਇੰਉਂ ਕਰਦੇ ਆਂ ਦੋਸਤੋ ਪਹਿਲਾਂ ਤੁਹਾਨੂੰ ਇਹਨਾਂ ਵੀਰਾਂ ਤੋਂ ਸੁਣਿਆ ਹੋਇਆ ਪਿੰਡ ਦਾ ਪਿਛੋਕੜ ਦੱਸ ਦਿੰਨੇ ਆਂ ਸਰਦਾਰ ਅਜੈ ਸਿੰਘ ਗਰਚਾ ਜੀ ਦੇ ਕੀਤੇ ਹੋਏ ਸ਼ਾਨਦਾਰ ਕੰਮਾਂ ਤੇ ਆਪਾਂ ਬਾਅਦ ਚ ਜਾਣਨਾ ਪਾਉਨੇ ਆਂ ਦੋਸਤੋ ਮਿਲੀ ਜਾਣਕਾਰੀ ਅਨਸਾਰ ਸ਼ਾਦੀਪੁਰ ਪਿੰਡ ਸੰਨ 1700 ਦੇ ਲਾਗੇ ਛਾਗੇ ਵਸਿਆ ਸੀ ਉਦੋਂ ਮੁਗਲਾਂ ਨੇ ਜ਼ੁਲਮ ਦੀ ਅਤਮਚਾਈ ਹੋਈ ਸੀ ਪੰਜਾਬ 'ਚ ਤੇ ਮੁਗਲਾਂ ਤੋਂ ਗਰੀਬਾਂ ਤੇ ਮਜਲੂਮਾਂ ਦੀ ਰੱਖਿਆ ਕਰਨ ਲਈ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਸਿੱਖ ਪੰਥ ਸਾਜ ਦਿੱਤਾ ਸੀ ਪਰ ਇਸ ਇਲਾਕੇ ਦੇ ਬਹੁਤੇ ਲੋਕ ਪਹਿਲਾਂ ਹੀ ਸਿੱਖ ਗੁਰੂਆਂ ਦੇ ਵਿਚਾਰਾਂ ਨਾਲ ਸਹਿਮਤ ਸਨ ਤੇ ਸੰਨ 1700 ਦੇ ਸਮੇਂ ਬਹੁਤੇ ਪਿੰਡਾਂ ਦੇ ਮਰਦ ਅੰਮ੍ਰਿਤਸਰ ਕੇ ਗੁਰੂ ਦੀਆਂ ਸਿੱਖ ਪੂਜਾਂ 'ਚ ਸ਼ਾਮਲ ਹੋਣ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤੇ ਪਿੱਛੇ ਘਰਾਂ 'ਚ ਜ਼ਿਆਦਾ ਔਰਤਾਂ ਤੇ ਬੱਚੇ ਹੀ ਰਹਿ ਜਾਂਦੇ ਸੀ ਤੇ ਜਿੱਥੇ ਹੁਣ ਪਿੰਡ ਦਾ ਪ੍ਰਾਇਮਰੀ ਸਕੂਲ ਆ ਉਹਦੇ ਪਿੱਛੇ ਜੇ ਕੁਝ ਘਰ ਬਸੇ ਹੁੰਦੇ ਸੀ ਉਦੋਂ ਇੱਥੇ ਰੇਤਾਂ ਝਾੜੀਆਂ ਤੇ ਦਰਖਤ ਹੀ ਹੁੰਦੇ ਸੀ ਤੇ ਕਹਿੰਦੇ ਉਦੋਂ ਪਿੰਡਾਂ 'ਚ ਮੁਗਲ ਆ ਕੇ ਕੱਲੀਆਂ ਔਰਤਾਂ ਤੋਂ ਲੁੱਟਖੋ ਕਰਕੇ ਉਹਨਾਂ ਦੇ ਡੰਗਰ ਪਸ਼ੂ ਖੋਲ ਕੇ ਲੈ ਜਾਂਦੇ ਸੀ ਤੇ ਇੱਥੋਂ ਦੇ ਨਾਲ ਦੇ ਪਿੰਡ ਤਲਵਣ 'ਚ ਵੀ ਮੁਗਲ ਇਦਾਂ ਹੀ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੁੰਦੇ ਸੀ ਤੇ ਤਲਵਣ ਪਿੰਡ ਦਾ ਸ਼ਾਦੀਮਲ ਨਾਂ ਦਾ ਬੰਦਾ ਆਪਦੇ ਨਾਲ ਕੁਝ ਪਰਿਵਾਰਾਂ ਨੂੰ ਲੈ ਕੇ ਇੱਥੇ ਸੁੰਨਸਾਨ ਇਲਾਕੇ 'ਚ ਜਾ ਕੇ ਬਸ ਗਿਆ ਸੀ ਤਾਂ ਕਿ ਮੁਗਲਾਂ ਤੋਂ ਬਚਿਆ ਜਾ ਸਕੇ ਤੇ ਸ਼ਾਦੀਮਲ ਦੇ ਨਾਲ ਆਏ ਹੋਏ ਪਰਿਵਾਰਾਂ ਨੇ ਇੱਥੇ ਜਿੱਥੇ ਹੁਣ ਸ਼ਾਦੀਪੁਰ ਪਿੰਡ ਵਸਿਆ ਹੋਇਆ ਇੱਥੇ ਆਪਦੇ ਕੱਚੇ ਪੱਕੇ ਜਿਹੋ ਜਿਹੇ ਪਏ ਉਹੋ ਜਿਹੇ ਘਰ ਪਾਲੇ ਸੀ ਪਰ ਫਿਰ ਵੀ ਉਹਨਾਂ ਨੂੰ ਲਟੇਰਿਆਂ ਤੋਂ ਤੇ ਮੁਗਲਾਂ ਤੋਂ ਦਾ ਡਰ ਬਣਿਆ ਹੀ ਰਹਿੰਦਾ ਸੀ ਫਿਰ ਕਹਿੰਦੇ ਸ਼ਾਦੀਮਲ ਤੇ ਕੁਝ ਹੋਰ ਬੰਦਿਆਂ ਨੇ ਦੂਜੇ ਪਰਿਵਾਰਾਂ ਨਾਲ ਗੱਲ ਕੀਤੀ ਜਿਹੜੇ ਇੱਥੋਂ ਥੋੜਾ ਜਿਹਾ ਹਟਮਾਂ ਜਿੱਥੇ ਹੁਣ ਸਕੂਲ ਆ ਉਹਦੇ ਪਿਛਲੇ ਪਾਸੇ ਜੇ ਰਹਿੰਦੇ ਹੁੰਦੇ ਸੀ ਉਹਨਾਂ ਨਾਲ ਗੱਲ ਇਹ ਕੀਤੀ ਕਿ ਤੁਸੀਂ ਵੀ ਆਪਦਾ ਡੰਗਰ ਵੱਛਾ ਲੈ ਕੇ ਸਾਡੇ ਘਰਾਂ ਕੋਲ ਆਜੋ ਆਪਾਂ ਰਲ ਕੇ ਚੋਰਾਂ ਤੇ ਲਟੇਰਿਆਂ ਦਾ ਜਿੰਨਾ ਹੋ ਸਕੂ ਉਹਨਾਂ ਦਾ ਮੁਕਾਬਲਾ ਕਰਾਂਗੇ ਇਹ ਗੱਲ ਮੰਨ ਕੇ ਉਹ ਇਸ ਜਗ੍ਹਾ ਤੇ ਆ ਕੇ ਉਹਨਾਂ ਪਰਿਵਾਰਾਂ ਦੇ ਨਾਲ ਹੀ ਰਹਿਣ ਲੱਗੇ ਹੁਣ ਇੱਕ ਤਾਂ ਇਹ ਕਰ ਜੰਗਲ ਬੀਆਵਾਂ ਚ ਸੀ ਇਧਰ ਦੀ ਕੋਈ ਆਵਾਜ਼ਾਈ ਨਹੀਂ ਸੀ ਇਸ ਕਰਕੇ ਕਾਫੀ ਲੰਮਾ ਸਮਾਂ ਇਹਨਾਂ ਘਰਾਂ ਨੇ ਆਪਦੇ ਪਿੰਡ ਦਾ ਨਾਂ ਨਹੀਂ ਸੀ ਰੱਖਿਆ ਫਿਰ ਨੰਬਰਦਾਰ ਜਗਤ ਸਿੰਘ ਜਗਤ ਜੀ ਦੇ ਮੁਤਾਬਕ ਉਹਨਾਂ ਦੇ ਬਡੇਰੇ ਬਾਬਾ ਮੰਜੂ ਘਰਚਾ ਜੀ ਪਿੰਡ ਮਹਿਰਮਪੁਰ ਘਰਚਾ ਤੋਂ ਆਪਦਾ ਪਰਿਵਾਰ ਲੈ ਕੇ ਇਸੇ ਪਿੰਡ ਜਾ ਕੇ ਰਹਿਣ ਲੱਗੇ ਸੀ ਤੇ ਮੰਜੂ ਘਰਚਾ ਜੀ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾ ਨੇ ਸਨ 1780 ਈਸਵੀ ਚ ਇਸ ਪਿੰਡ ਦਾ ਨਾਂ ਇਸ ਥਾਂ ਤੇ ਸਭ ਤੋਂ ਪਹਿਲਾਂ ਆ ਕੇ ਰਹਿਣ ਵਾਲੇ ਤਲਵਣ ਪਿੰਡ ਦੇ ਸ਼ਾਦੀ ਮਲ ਜੀ ਦੇ ਨਾਂ ਤੇ ਹੀ ਸ਼ਾਦੀਪੁਰ ਰੱਖ ਦਿੱਤਾ ਕਿਉਂਕਿ ਉਦੋਂ ਮੁਗਲਾਂ ਦਾ ਡਰ ਪੈ ਖਤਮ ਹੋ ਗਿਆ ਸੀ ਕਿਉਂਕਿ ਉਦੋਂ ਇਸ ਇਲਾਕੇ 'ਚ ਸਿੱਖ ਮਿਸਲਾਂ ਦਾ ਹੀ ਦਬਦਬਾ ਸੀ ਫਿਰ ਸਨ 1799 ਨੂੰ ਤਾਂ ਵੈਸੇ ਹੀ ਮਹਾਰਾਜਾ ਨਰਜੀਤ ਸਿੰਘ ਜੀ ਨੇ ਸਿੱਖ ਰਾਜ ਦੀ ਨੀਂ ਰੱਖ ਦਿੱਤੀ ਸੀ ਇਸ ਲਈ ਸਨ 1780 ਦਾ ਸਮਾਂ ਠੀਕ ਸੀ ਪੂਰੀ ਦੁਨੀਆ ਨੂੰ ਦੱਸਣ ਲਈ ਕਿ ਇੱਥੇ ਵੀ ਕੋਈ ਪਿੰਡ ਵੱਸਦਾ ਤੇ ਉਹਦਾ ਨਾਂ ਹੈ ਸ਼ਾਦੀਪੁਰ ਦੋਸਤੋ ਬਾਬਾ ਮੰਜੂ ਘਰਚਾ ਜੀ ਨੰਬਰਦਾਰ ਜਗਤ ਸਿੰਘ ਜਗਤਾ ਜੀ ਦੇ ਨਰਦਾਦਾ ਸੀ ਜਾਨੀ ਇਸ ਘਰਚਾ ਪਰਿਵਾਰ ਦੇ ਬਡੇਰਿਆਂ ਨੇ ਇਸ ਪਿੰਡ ਦਾ ਨਾਂ ਰੱਖਿਆ ਸੀ ਤੇ ਪਿੰਡ ਵਾਲਿਆਂ ਨੇ ਵੀ ਇਸ ਪਰਿਵਾਰ ਨੂੰ ਅੱਜ ਤੱਕ ਬਹੁਤ ਸਤਿਕਾਰ ਦਿੱਤਾ ਹੋਇਆ ਸਵਰਗਵਾਸੀ ਸਰਦਾਰ ਜਗਤ ਸਿੰਘ ਜਗਤਾ ਜੀ ਪਿੰਡ ਦੇ ਨੰਬਰਦਾਰ ਰਹੇ ਪੰਚਾਇਤ ਮੈਂਬਰ ਉਹਨਾਂ ਨੇ ਸਿੱਖੀ ਤੇ ਪੰਜਾਬ ਦੇ ਹਿੱਤਾਂ ਲਈ ਵਿੱਡੇ ਹੋਏ ਕਈ ਮੋਰਚਿਆਂ 'ਚ ਹਿੱਸਾ ਲਿਆ ਸੀ ਜਿਸ ਕਰਕੇ ਉਹਨਾਂ ਨੂੰ ਜਥੇਦਾਰ ਵੀ ਕਿਹਾ ਜਾਂਦਾ ਸੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੀ ਹੁਣ ਉਹਨਾਂ ਦਾ ਪਰਿਵਾਰ ਪਿੰਡ ਦੇ ਹਰੇਕ ਸਾਂਝੇ ਕੰਮ 'ਚ ਵੱਧ ਚੜ ਕੇ ਯੋਗਦਾਨ ਪਾਉਂਦਾ ਹੋਰ ਕੋ ਛੱਡੋ ਤੁਸੀਂ ਸਰਦਾਰ ਅਜੈਬ ਸਿੰਘ ਗਰਚਾਜੀ ਵੱਲੋਂ ਪਿੰਡ 'ਚ ਆਹ ਬਾਗ ਲਾਇਆ ਹੋਇਆ ਦੇਖੋ ਇਸ ਬਾਗ ਚ ਕਿੰਨੀ ਹਰਿਆਲੀ ਆ ਇੱਥੇ ਫਲਦਾਰ ਰੁੱਖ ਲਾਏ ਹੋਏ ਨੇ ਫੁੱਲਾਂ ਦੇ ਬੂਟੇ ਲਾਏ ਹੋਏ ਨੇ ਸੋਹਣਾ ਲੱਗਦਾ ਤੇ ਇਹਦੇ ਨਾਲ ਵਾਤਾਵਰਨ ਨੂੰ ਕਿੰਨਾ ਫਾਇਦਾ ਰਹਿੰਦਾ ਪਿੰਡ ਦੇ ਲੋਕਾਂ ਨੂੰ ਸਾਫ਼ ਸੁਥਰੀ ਆਕਸੀਜਨ ਮਿਲਦੀ ਆ ਤੁਸੀਂ ਆਹ ਦੇਖੋ ਲੱਗਦਾ ਨਾ ਜਿਵੇਂ ਆਪਾਂ ਯੂਰਪ ਚ ਆ ਗਈ ਹੋਈਏ ਇੱਥੇ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਹੋਈਆਂ ਸ਼ਾਨਦਾਰ ਤਸਵੀਰਾਂ ਬਣਾਈਆਂ ਹੋਈਆਂ। ਦਰਖਤ ਵੀ ਕੋਈ ਆਮ ਨਹੀਂ। ਬਈ ਟਾਲੀਆਂ ਲਾਤੀਆਂ, ਨਿੰਮਾ ਲਾਤੀਆਂ ਜਾਂ ਫਿਰ ਡੇਕਾਂ ਜਾਂ ਤੂਤ ਲਾਤੇ। ਬਹੁਤ ਹੀ ਵਧੀਆ ਕਿਸਮ ਦੇ ਦਰਖਤ ਲਾਏ ਹੋਏ ਨੇ। ਕਹਿੰਦੇ ਇਹ ਉਹ ਦਰਖਤ ਨੇ ਜੋ ਧਰਤੀ 'ਚੋਂ ਜਿਆਦਾ ਪਾਣੀ ਨਹੀਂ ਖਾਜਦੇ। ਯਾਨੀ ਜਿੰਨੀ ਵਧੀਆ ਸੋਚ ਨਾਲ ਆਪਣੇ ਵਾਤਾਵਰਣ ਨੂੰ ਫਾਇਦਾ ਦੇਣ ਵਾਸਤੇ ਬਾਗ ਲਾਇਆ ਹੋਇਆ। ਤੁਸੀਂ ਅੱਗੇ ਪਿੰਡ ਵੀ ਚੰਗੀ ਤਰ੍ਹਾਂ ਦੇਖਿਓ। ਪਿੰਡ 'ਚ ਵੀ ਇਹਨਾਂ ਨੇ ਬਹੁਤ ਦਰਖਤ ਲਾਏ ਹੋਏ ਨੇ ਦੋਸਤੋ ਸਰਦਾਰ ਅਜੀਬ ਸਿੰਘ ਗਰਚਾ ਜੀ ਇੰਗਲੈਂਡ ਦੇ ਵਿੱਚ ਅਕਾਲ ਟੀਵੀ ਚੈਨਲ ਤੇ ਵੀ ਆਪਦੇ ਵਿਚਾਰਾਂ ਦੀ ਸਾਂਝ ਪਾਉਂਦੇ ਨੇ ਇਹਨਾਂ ਦੀ ਵਧੀਆ ਸੋਚ ਤੇ ਪਿੰਡ ਨਾਲ ਇਹਨਾਂ ਦਾ ਪਿਆਰ ਦੇ ਕੇ ਸੱਚੀ ਅਸੀਂ ਵੀ ਇਹਨਾਂ ਨੂੰ ਸਲੂਟ ਕਰਦੇ ਆਂ ਤੇ ਰੱਬਗੇ ਅਰਦਾਸ ਕਰਦੇ ਆਂ ਕਿ ਰੱਬ ਇਹੋ ਜੇ ਪੁੱਤ ਹਰੇਕ ਪਿੰਡ ਨੂੰ ਦੇਵੇ ਫਿਰ ਦੋਸਤੋ ਆ ਜਿਹੜਾ ਹੁਣੇ ਜੇ T20 ਵਰਲਡ ਕੱਪ ਹੋ ਕੇ ਓਟਿਆ ਉਸ ਵਰਲਡ ਕੱਪ 'ਚ ਸ਼ਾਦੀਪੁਰ ਪਿੰਡ ਦਾ ਦੋਤਾ ਸਰਦਾਰ ਜਸਦੀਪ ਸਿੰਘ ਸੰਧੂ ਯੂਐਸਏ ਦੀ ਟੀਮ ਯੋਕੇ ਦੇਸੀ ਸਾਰੇ ਪਿੰਡ ਨੂੰ ਸਰਦਾਰ ਜਸਦੀਪ ਸਿੰਘ ਸੰਧੂ ਤੇ ਦਾ ਮਾਣ ਹੈਗਾ ਹੀ ਆ ਜਸਦੀਪ ਸਿੰਘ ਸੰਧੂ ਦਾ ਨਾਨਾ ਸਵਰਗਵਾਸੀ ਸਰਦਾਰ ਬਲਦੇਵ ਸਿੰਘ ਸ਼ਾਦੀਪੁਰ ਵੀ ਕਬੱਡੀ ਦੇ ਚੋਟੀ ਦੇ ਖਿਡਾਰੀ ਰਹੇ ਨੇ ਜਾਣੀ ਜਿਹਦਾ ਨਾਨਾ ਆਪ ਖਿਡਾਰੀ ਹੋਵੇ ਉਹਦੇ ਦੋਤੇ ਨੇ ਤਾਂ ਫਿਰ ਜਸਦੀਪ ਸਿੰਘ ਸੰਧੂ ਬਣ ਕੇ ਕ੍ਰਿਕਟ ਦੇ ਮੈਦਾਨਾਂ 'ਚ ਧਮਾਲਾਂ ਪਾਉਣੀਆਂ ਹੀ ਆ ਚੱਕੀ ਚੱਲ ਫੱਟੇ ਵੀ ਸਾਰਾ ਪੰਜਾਬ ਤੇਰੇ ਨਾਲ ਆ ਫਿਰ ਦੋਸਤੋ ਇਸ ਪਿੰਡ ਦੇ ਕੀਰਤਨੀਏ ਸਵਰਗਵਾਸੀ ਖੜਕ ਸਿੰਘ ਜੀ ਵੀ ਹੋਏ ਨੇ ਉਹਨਾਂ ਨੇ ਵੀ ਲੋਕਾਂ ਨੂੰ ਬਹੁਤ ਗਰਵਾਨੀ ਨਾਲ ਜੋੜਿਆ ਫਿਰ ਇਸ ਪਿੰਡ ਦਾ ਇੱਕ ਗੱਭਰੂ ਆ ਹੈਪੀ ਬੈਂਸ ਇਹ ਗੀਤ ਲਿਖਦੇ ਨੇ ਤੁਸੀਂ ਢੋਲ ਜਗੀਰੋ ਦਾ ਗੀਤ ਤਾਂ ਸੁਣਿਆ ਹੀ ਹੋਣਾ ਇਹ ਗੀਤ ਸ਼ਾਦੀਪੁਰ ਪਿੰਡ ਦੇ ਹੈਪੀ ਬੈਂਸ ਬਾਈ ਨੇ ਲਿਖਿਆ ਜਿਉਂਦਾ ਰਹਿ ਵੀਰ ਰੱਬ ਤੁਹਾਨੂੰ ਬਹੁਤ ਤਰਕੀਆਂ ਦੇਵੇ ਫਿਰ ਦੋਸਤੋ ਸ਼ਾਦੀਪੁਰ ਪਿੰਡ ਦੇ ਸਫਲ ਕਿਸਾਨ ਸਰਦਾਰ ਸੁਖਦੇਵ ਸਿੰਘ ਬੈਂਸ ਜੀ ਨੂੰ ਵੀ ਖੇਤੀਬਾੜੀ ਕਰਨ ਵਾਲੇ ਸਾਰੇ ਪੰਜਾਬੀ ਜਾਣਦੇ ਨੇ 22 ਸਖਦੇਵ ਸਿੰਘ ਬੈਂਸ ਜੀ ਨੇ ਘੱਟ ਪਾਣੀ ਤੇ ਘੱਟ ਖਰਚੇ ਕਰਕੇ ਵੱਧ ਮੁਨਾਫੇ ਵਾਲੀਆਂ ਕਈ ਫਸਲਾਂ ਦੇ ਬੀਜਾਂ ਨੂੰ ਸੁਧਾਰਿਆ ਹੁਣ ਇਹਨਾਂ ਨੇ ਪਿੰਡ ਸ਼ਾਦੀਪੁਰ ਚ ਬੈਂਸ ਸੀਡ ਫਾਰਮ ਵੀ ਖੋਲ੍ਹਿਆ ਹੋਇਆ ਚਲੋ ਔਂ ਕਰਦੇ ਆ ਆਪਾਂ ਸਖਦੇਵ ਸਿੰਘ ਬੈਂਸ ਜੀ ਤੋਂ ਹੀ ਜਾਣਦੇ ਆ ਕਿ ਉਹ ਕਿਵੇਂ ਬੀਜਾਂ ਦਾ ਸੁਧਾਰ ਕਰਦੇ ਆ ਸੁਣੋ ਫਿਰ ਜੋ ਮੈਂ ਜੋ ਸੀਡ ਗ੍ਰੇਡ ਹੁੰਦਾ ਹੈ ਉਹਦੇ ਵਾਸਤੇ ਦੱਸ ਰਿਹਾ ਹਾਂ ਇਹਨੂੰ ਪਹਿਲਾਂ ਜਿਹੜਾ ਰਾਅ ਸੀਡ ਹੁੰਦਾ ਝੋਨਾ ਜਿੰਨ ਝੋਨਾ ਕਹਿੰਦੇ ਆ ਉਹ ਰਾਅ ਸੀਡ ਇੱਥੇ ਪਾਇਆ ਜਾਂਦਾ ਹੈਗਾ ਪਾਉਣ ਤੋਂ ਬਾਅਦ ਇੱਕ ਗ੍ਰੇਡਿੰਗ ਮਸ਼ੀਨ ਆ ਜੋ ਹਵਾ ਦੇ ਆਧਾਰ ਤੇ ਕੰਮ ਕਰਦੀ ਆ ਉਹਦੇ ਚ ਹਲਕਾ ਦਾਣੇ ਥੱਲੇ ਛਾਣਨੇ ਲੱਗੇ ਹੁੰਦੇ ਆ ਉਹਦੇ ਚ ਕਣਿ ਵਗੈਰਾ ਉਹ ਨਿਕਲ ਜਾਂਦੀ ਆ ਜੋ ਭਾਰੇ ਦਾਣੇ ਹੁੰਦੇ ਆ ਉਹ ਅੱਗੇ ਚੱਲ ਜਾਂਦੇ ਆ ਅੱਗੇ ਜਾ ਕੇ ਇਹ ਐਲੀਵੇਟਰ ਐਲੀਵੇਟਰ ਅੱਗੇ ਜਾ ਕੇ ਉਹਨੂੰ ਗ੍ਰੈਫਟੀ ਚ ਪਾਉਂਦਾ ਹੈਗਾ ਗ੍ਰੈਫਟੀ ਇੱਕ ਇਦਾਂ ਦੀ ਮਸ਼ੀਨ ਹੈਗੀ ਆ ਜਿੱਦਾਂ ਪੁਰਾਣੇ ਜਵਾਨਿਆਂ ਵਿੱਚ ਸ਼ਾਜ ਹੁੰਦਾ ਸੀਗਾ ਸ਼ਾਜ ਹੁੰਦਾ ਸੀ ਹਲਕਾ ਦੇ ਭਾਰੇ ਵੀ ਨੂੰ ਵਕਰਾ ਕਰ ਦਿੰਦੇ ਇਹ ਭਾਰੇ ਦੇ ਨੂੰ ਵਕਰਾ ਆਪਣੇ ਸਾਹਮਣੇ ਕਰਕੇ ਅੱਗੇ ਲੈ ਜਾਂਦੀ ਹੈ ਉਹਨੂੰ ਅਸੀਂ ਜੈਗਰ ਦੇ ਵਿੱਚ ਪਾ ਕੇ ਬੰਦ ਕਰਕੇ ਟੈਗ ਲਗਾ ਕੇ ਮਾਰਕੀਟ ਦੇ ਵਿੱਚ ਸੇਲ ਕਰਦੇ ਹਾਂ ਸ਼ਾਬਾਸ਼ ਵੀਰ ਦੋਸਤੋ ਅਸੀਂ ਤਾਂ ਕੱਲੀ ਸ਼ਾਬਾਸ਼ ਹੀ ਦਿੱਤੀ ਆ ਪਰ ਪੰਜਾਬ ਸਰਕਾਰ ਨੇ ਇਹਨਾਂ ਨੂੰ ਆਹ ਤੋਹਫ਼ਾ ਦਿੱਤਾ ਫਿਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪर्व ਤੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਫਿਰ ਆਹ ਪੀਐਮਓ ਦੀ ਮੈਂਬਰਸ਼ਿਪ ਦਾ ਸਰਟੀਫਿਕੇਟ ਵੀ ਮਿਲਿਆ ਇਹਨਾਂ ਨੂੰ ਫਿਰ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਆਹ ਹੈ ਇਹਨਾਂ ਦਾ ਖੂ ਦੋਸਤੋ ਇਹਨਾਂ ਦੇ ਪਰਿਵਾਰ ਨੂੰ ਪਿੰਡ 'ਚ ਅਕਾਲੀ ਪਰਿਵਾਰ ਕਹਿੰਦੇ ਆ ਇਸ ਪੰਜਾਬ ਦੇ ਮਿਹਨਤੀ ਕਿਸਾਨ ਤੇ ਸਾਨੂੰ ਬਹੁਤ ਮਾਣ ਆ। ਵੀਰ ਨੇ ਸਾਨੂੰ ਵੀ ਬਹੁਤ ਸਤਿਕਾਰ ਦਿੱਤਾ। ਤੇ ਇਹਨਾਂ ਨੇ ਆਪ ਦੇ ਖੇਤ ਆ ਇੱਕ ਬਹੁਤ ਹੀ ਪੁਰਾਣਾ ਖੂਬ ਹੀ ਬਹੁਤ ਸੰਭ ਕੇ ਰੱਖਿਆ ਹੋਇਆ ਉਤੋਂ ਟਕਿਆ ਹੋਇਆ ਆਲੇ-ਦਾਲੇ ਗਮਲੇ ਬਹੁਤ ਹੀ ਫੁੱਲਦਾਰ ਲਾਏ ਹੋਏ ਨੇ ਤੇ ਫਿਰ ਤੁਸੀਂ ਇਹਨਾਂ ਦਾ ਆਹ ਔਲੂ ਦੇਖੋ ਇਹਨੂੰ ਕਈ ਚਵੱਚਾ ਵੀ ਕਹਿ ਦਿੰਦੇ ਨੇ ਇਹ ਵੀ ਬਹੁਤ ਵਧੀਆ ਬਣਾਇਆ ਹੋਇਆ ਹੈ ਬਾਈ ਨੇ ਜਿਵੇਂ ਸਵਿਮਿੰਗ ਪੂਲ ਲੱਗਦਾ ਕਲਮਾ ਲਾ ਕੇ ਕਿਸਾਨ ਸੁਖਦੇਵ ਸਿੰਘ ਬੈਂਸ ਜੀ ਨੇ ਵੀ ਆਪ ਦੇ ਪਿੰਡ ਸ਼ਾਦੀਪੁਰ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਇਹਨਾਂ ਨੇ ਬਾਈ ਸੁਖਦੀਪ ਸਿੰਘ ਨੂੰ ਵੀ ਵਧੀਆ ਕਰਬੂਜੇ ਤੋੜ ਕੇ ਤੋਹਫੇ ਦੇ ਤੌਰ ਤੇ ਦਿੱਤੇ ਜਿਉਂਦੇ ਰਹੋ ਬੈਂਸ ਸਾਹਿਬ ਰੱਬ ਤੁਹਾਨੂੰ ਨੂੰ ਲੰਮੀ ਉਮਰ ਦੇਵੇ ਚਲੋ ਹੁਣ ਆਪਾਂ ਅੱਗੇ ਚੱਲਦੇ ਆਂ ਫਿਰ ਦੋਸਤੋ ਵੈਸੇ ਤਾਂ ਪਿੰਡ ਦੇ ਸਾਂਝੇ ਕੰਮਾਂ ਸਾਰੇ ਐਨਆਰਆਈ ਪਰਿਵਾਰ ਤੇ ਪਿੰਡ ਦੇ ਵਸਨੀਕ ਆਪੋ ਆਪਣਾ ਯੋਗਦਾਨ ਪਾਉਂਦੇ ਹੀ ਆ ਪਰ ਸਰਦਾਰ ਰਸ਼ਪਾਲ ਸਿੰਘ ਜੀ ਸਰਦਾਰ ਕਲਵੀਰ ਸਿੰਘ ਜੀ ਸਰਦਾਰ ਕਲਦੀਪ ਸਿੰਘ ਜੀ ਸਰਦਾਰ ਬੂਟਾ ਸਿੰਘ ਜੀ ਸਵਰਗਵਾਸੀ ਸਰਦਾਰ ਬਲਦੇਵ ਸਿੰਘ ਜੀ ਸਵਰਗਵਾਸੀ ਸਰਦਾਰ ਸੋਹਣ ਸਿੰਘ ਕੰਦੋਲਾ ਇੰਗਲੈਂਡ ਵਾਲੇ ਵੀਰਾਂ ਦਾ ਨਾਂ ਅਸੀਂ ਉਚਿਤੇ ਤੌਰ ਤੇ ਲੈਣਾ ਚਾਹੁੰਦੇ ਆ ਇਹਨਾਂ ਦੇ ਕੀਤੇ ਕੰਮਾਂ ਦੀ ਪਿੰਡ ਵੀ ਬਹੁਤ ਸ਼ਲਾਘਾ ਕਰਦਾ ਦੋਸਤੋ ਮੈਨੂੰ ਲੱਗਦਾ ਹੁਣ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਬੱਸ ਕਰਦੇ ਆਂ ਕਿਉਂਕਿ ਪਿੰਡ ਦੀਆਂ ਹਲੇ ਜਾਣਕਾਰੀਆਂ ਤਾਂ ਬਹੁਤ ਨਹੀਂ ਪਰ ਆਪਾਂ ਤੁਹਾਨੂੰ ਕੱਲ ਨੂੰ ਦੇਵਾਂਗੇ ਸ਼ਾਦੀਪੁਰ ਪਿੰਡ ਦੇ ਦੂਜੇ ਭਾਗ 'ਚ ਜੇ ਅੱਜ ਦੇ ਪ੍ਰੋਗਰਾਮ 'ਚ ਕਿਸੇ ਪਤਵੰਤੇ ਸੱਜਣ ਦਾ ਨਾਂ ਗਲਤ ਬੋਲਿਆ ਗਿਆ ਹੋਵੇ ਜਾਂ ਲਿਖਣ 'ਚ ਹੀ ਗਲਤ ਲਿਖਿਆ ਗਿਆ ਹੋਵੇ ਉਹਦੇ ਲਈ ਅਸੀਂ ਮਾਫੀ ਤਾਂ ਮੰਗਦੇ ਹਾਂ ਪਰ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਸਾਨੂੰ ਕਮੈਂਟ ਕਰਕੇ ਉਹ ਨਾਂ ਠੀਕ ਲਿਖ ਕੇ ਜਰੂਰ ਦੱਸ ਦਿਓ ਫਿਰ ਆਪਾਂ ਅਗਲੇ ਸ਼ੁੱਕਰਵਾਰ ਨੂੰ ਪਿੰਡ ਦੇ ਤੀਜੇ ਭਾਗ 'ਚ ਉਹ ਠੀਕ ਕਰਕੇ ਬੋਲ ਦੇਵਾਂਗੇ ਅਸੀਂ ਸਮੂਹ ਨਗਰ ਨਿਵਾਸੀਆਂ ਦੇ ਪਿੰਡ ਦੀ ਸਰਪੰਚ ਬੀਬੀ ਸੁਖਵਿੰਦਰ ਕੌਰ ਜੀ ਦੇ ਮੈਂਬਰ ਸ੍ਰੀ ਗਰਮੀਤ RAM ਜੀ ਦੇ ਸਰਦਾਰ ਹਿੰਮਤ ਸਿੰਘ ਗਰਚਾ ਜੀ ਦੇ ਸਰਦਾਰ ਅਜੈਬ ਸਿੰਘ ਗਰਚਾ ਇੰਗਲੈਂਡ ਵਾਲੇ ਵੀਰ ਜੀ ਦੇ ਬਾਈ ਮਨਜਿੰਦਰ ਸਿੰਘ ਜੀ ਦੇ ਅਸੀਂ ਬਹੁਤ ਧੰਨਵਾਦੀ ਆ ਇਹਨਾਂ ਦੇ ਸਹਿਯੋਗ ਤੋਂ ਬਿਨਾ ਪਿੰਡ ਸ਼ਾਦੀਪੁਰ ਦੀਆਂ ਇੰਨੀਆਂ ਜਾਣਕਾਰੀਆਂ ਇਕੱਠੀਆਂ ਹੋਣੀਆਂ ਨਹੀਂ ਸੀ ਜਿਉਂਦੇ ਰਹੋ ਜੀ ਕੱਲ ਨੂੰ ਮਿਲਦੇ ਆ ਆਪਾਂ ਸ਼ਾਮ ਨੂੰ 4 ਵਜੇ ਪਿੰਡ ਸ਼ਾਦੀਪੁਰ ਦੇ ਭਾਗ ਦੂਜੇ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ ਆਫਿਸ ਜਿਉਂਦੇ ਵੱਸਦੇ ਰਹੋ ਤੇ ਰੱਬ ਰੱਖਾ ਦੋਸਤੋ